सबसक्राइब करो निडर आवाज टीवी नू ते ताजा वीडियोस पाउन लई बैल दा बटन दबाओ। पैसों के लेन देन नू लैके कीती कुटमार विच जख्मी होए व्यक्ति दी पुलिस वालों दोषी व्यक्तियों ते कार्रवाई ना करन दे लाए दोष। बीते दिनी पुलिस चौकी घरियाला विच आउंदे पिंड वाड़ा शेर सिंह दे वासी कुलदीप सिंह पुत्र सुखा सिंह दी पैसों के लेन देन नू लैके कुछ व्यक्तियों वालों कुटमार करके जख्मी करन दा समाचार प्राप्त होया है। इस बारे सरकारी हस्पताल विच दाखिल पीड़ित कुलदीप सिंह ने दस्या कि बीते 28 जुलाई नू वो किसी घरेलू काम वास्ते जा रहा सी कि रस्ते विच कुलदीप सिंह पुत्र अजीत सिंह अते उसके साथी जसवंत सिंह अते जजबीर सिंह पुत्र महेंद्र सिंह ने होर अणपछाते व्यक्तियां रस्ते विच रोक के मेरी कुटमार करके मैनू जख्मी किया है अते मेरा रिजल्ट आन दे बावजूद भी पुलिस वालों कोई कार्रवाई नहीं की जा रही। उधर घरियाला चौंकी इंचार्ज नरेंद्र सिंह ने कहा है कि तफ्तीश करके बनती कार्रवाई की जाएगी। उधर जो इस संबंधी विरोधी धिर के कुलदीप सिंह पुत्र अजीत सिंह नाल गलबात की तो उन्हें कहा कि कुलदीप सिंह पुत्र सुखा सिंह वालों लगाए इल्जाम बिल्कुल बेबुनियाद हैं। उन्हें कहा कि अं इस तो 5 लाख रुपए लेने हैं जिसका चैक असी कोर्ट में लगाया हुआ है जो कि जिस दिन इस व्यक्ति नूं सट्टां लगदियां हन उस दिन मैं अपने किसी दोस्त के घर मर्ग दे भोग ते गया सी। उन्हें कहा कि पुलिस प्रशासन इस बारे पूरी तरह तफ्तीश करके कार्रवाई करन क्योंकि साडा पैसों नूं लैके केस कोर्ट विच चल रहा है अते व्यक्ति सानू डरा धमका के चैक वापस लेना चाहुंदा है। ਕੁਲਦੀਪ ਸਿੰਘ ਹਾਂਜੀ ਇਹ ਜਜਵੀਰ ਆ ਜਿਹੜਾ ਅਤੇ ਕੁਲਦੀਪ ਬੌਡਾ ਜੀਸੂ ਦਾ ਮੁੰਡਾ ਇਹਨਾਂ ਨਾਲ ਕੋਈ ਲੈਣ ਦੇਣ ਦਾ ਸਾਡਾ ਹਿਸਾਬ ਕਿਤਾਬ ਹੋ ਗਿਆ ਸੀ ਅਤੇ 54,635 ਰੁਪਈਏ ਇਹਨਾਂ ਦੇ ਵਧੇ ਸੀ ਉਹ ਅਸੀਂ ਮੌਕੇ 'ਤੇ ਦੇ ਤੇ ਕੋਠੀ ਚੌਂਕੀ ਇੰਚਾਰਜ ਦੇ ਕੋਲ ਪੈਣ ਲਾਇਆ ਮੁੜ ਕੇ ਸਾਨੂੰ ਸਹੁੰ ਨੇਮ ਖਵਾ ਕੇ ਵੀ ਜਿਹੜੇ ਵਾਧੇ ਘੱਟਦੇ ਪੈਸੇ ਸੀ ਮੁੜ ਕੇ ਮੁੱਕਰ ਕੇ ਇਹਦੇ ਨਾਲ ਸੈਂਡ ਕਰਨ ਲਈ ਸਾਡੇ ਕੋਲ ਆਏ ਫੈਸਲਾ ਦੇ ਕੇ ਵੀ ਚੈੱਕ ਅਤੇ ਪ੍ਰਨੋਟ ਦਾ ਵਾਅਦਾ ਲੈ ਕੇ ਅਤੇ ਮੁੜ ਕੇ ਮੁੱਕਰ ਗਏ ਉਦੋਂ ਬਾਅਦ ਇੰਨਾ ਹੀ ਜਾਅਲੀ ਲਾਇਸੈਂਸ ਮੈਨੂੰ ਬਣਵਾ ਕੇ ਦਿੱਤੇ ਸੀ ਕਦੇ ਉਦੋਂ ਬਾਅਦ ਜਾਅਲੀ ਲਾਇਸੈਂਸ ਬਣਾ ਕੇ ਅਤੇ ਮੈਨੂੰ ਥੋੜ੍ਹੇ ਦਿਨਾਂ ਬਾਅਦ ਆਈ ਸਾਲ 2 ਸਾਲ ਮੇਰੇ ਤੋਂ ਰੈਫਰ ਰਹੀ ਹੈ ਉਹਦੇ 'ਚੋਂ ਇੰਨਾ ਹੀ ਮੁੜ ਕੇ ਸੀ ਗਿਆ ਕਿ ਸਟਾਫ ਵਾਲਿਆਂ ਨੂੰ ਮੇਰੇ 'ਤੇ ਤਨਖਾਹ ਦੇ ਕੇ ਅਤੇ ਇੰਨਾ ਹੀ ਰੈਫਰ ਫੜਾ ਦਿੱਤੀ ਮੈਨੂੰ ਸੱਟਾਂ ਲੱਗੀਆਂ ਜੀ ਇੱਦਾਂ ਮੈਂ ਦੁੱਧ ਪਾ ਕੇ ਅਤੇ ਮਿਸਤਰੀ ਲੈ ਕੇ ਨਾਲ ਆਉਂਦਿਆਂ ਅਤੇ ਮੁੜ ਕੇ ਮਿਸਤਰੀ ਨੂੰ ਛੱਡ ਕੇ ਮੈਂ ਕੂਲਰ ਬਣਾ ਕੇ ਵਾਪਸੀ ਜਾਂਦਿਆਂ ਤਾਂ ਵਾੜਾ ਸ਼ੇਰ ਸਿੰਘ ਤੋਂ ਜਿਹੜੀ ਸਿੰਗਲ ਸੜਕ ਨਿਕਲਦੀ ਆ ਹਾਂਜੀ ਉੱਥੇ ਆਣ ਕੇ ਨਾ ਗੱਡੀ ਵਿੱਚ ਮਾਰੀ ਮੇਰੇ ਕਿੰਨੇ ਵਿਅਕਤੀ ਸੀਗੇ ਇਹ 10 ਦੇ ਲਾਗੇ ਬੰਨੇ ਹੋਣਗੇ ਜੀ ਆਈਡੀਆ ਇੱਕ ਕੁਲਦੀਪ ਸਿੰਘ ਜੀਤ ਸਿੰਘ ਦਾ ਮੁੰਡਾ ਹਾਂਜੀ ਇੱਕ ਜਜਵੀਰ ਮਹਿੰਦਰ ਸਿੰਘ ਦਾ ਮੁੰਡਾ ਇੱਕ ਜਸਵੰਤ ਸਿੰਘ ਪ੍ਰੀਤਮ ਸਿੰਘ ਦਾ ਮੁੰਡਾ ਇਹ ਆ ਜੀ ਅਤੇ ਉਹਦੇ ਵਿੱਚੋਂ ਕੁਛ ਅਣ ਪਛਾਤੇ ਆ ਅਤੇ ਕਹਿੰਦਾ ਜੋ ਸਹੀ ਮੈਨੂੰ ਫੈਸਲਾ ਹੋਣਾ ਚਾਹੀਦਾ ਮੇਰਾ ਨਾਮ ਕੁਲਦੀਪ ਸਿੰਘ ਜੀ ਤਾਂ ਉਹਨਾਂ ਦਾ ਵੀਰ ਜੀ ਮਨ ਮੁਟਾਵ ਕੋਈ ਨਹੀਂ ਆ ਸਾਡਾ ਸਿਰਫ ਪੈਸਿਆਂ ਦਾ ਲੈਣ ਦੇਣ ਉਹਨਾਂ ਦਾ ਸਾਡੇ ਮੈਂ ਪੈਸੇ ਚੇਲੇ ਤੋਂ ਦਵਾਏ ਸੀ ਮੁੰਡੇ ਜਜਵੀਰ ਹੋਣਾਂ ਦੀ ਆੜਤ ਅਤੇ ਆੜਤੋਂ ਤੋਂ ਪੈਸੇ ਰੁਪਈਆ 5 ਲੱਖ ਦਵਾਇਆ ਸੀਗਾ ਉਹਨਾਂ ਨੂੰ ਅਤੇ ਉਦੋਂ ਬਾਅਦ ਪੈਸਿਆਂ ਦਾ ਸਾਡਾ ਰੌਲਾ ਚੱਲਦਾ ਰਿਹਾ ਜੀ ਮੋਹਰ ਪਰ ਬੰਦੇ ਵਿੱਚ ਪੈਂਦੇ ਰਹੇ ਅਤੇ ਮਤਲਬ ਸਾਡਾ ਨਿਬੜਿਆ ਨਹੀਂ ਜੀ ਕਿਸੇ ਬੰਨੇ ਉਸ ਤੋਂ ਬਾਅਦ ਇਹ ਸਾਨੂੰ ਰਾਤ ਦਿਨ ਹੀ ਮਤਲਬ ਗਾਲਾਂ ਦਿੰਦਾ ਸੀ ਧਮਕੀਆਂ ਦਿੰਦਾ ਸੀ ਸਾਡੇ ਕੋਲ ਬਕਾਇਦਾ ਰਿਕਾਰਡਿੰਗਾਂ ਇਹਦੀਆਂ ਹੈਗੀਆਂ ਜੀ ਅਤੇ ਜਿਸ ਦਿਨ ਦਾ ਇਹ 28 ਤਰੀਕ ਦਾ ਝਗੜਾ ਬਣਾਉਂਦਾ ਜੀ ਉਸ ਟਾਈਮ ਅਸੀਂ ਭਿੱਖੀ ਪਿੰਡ ਸੀਗੇ ਉੱਥੇ ਇੱਕ ਮੇਰੇ ਫਰੈਂਡ ਸਰਕਲ ਦੇ ਵਿੱਚ ਡੈਥ ਹੋਈ ਸੀ ਉਹਨਾਂ ਦੇ ਮਦਰ ਦੀ ਅਤੇ ਉਸ ਟਾਈਮ ਉੱਥੇ ਬੰਦੇ ਸੀ ਸਾਰੇ ਜਿਹੜੇ ਇਹਨੇ ਵਿੱਚ ਪਰਚੇ 'ਤੇ ਲਿਖਾਉਣ ਡਿਆ ਜੀ ਅਤੇ ਸਾਡਾ ਇਹਦੇ ਨਾਲ ਕੋਈ ਝਗੜਾ ਨਹੀਂ ਜੀ ਹੋਇਆ ਅਸੀਂ ਤਾਂ ਉਸ ਟਾਈਮ ਉੱਥੇ ਸੀਗੇ ਜੀ ਇੱਕ ਨਾ ਇਹਨਾਂ ਮਸਲਾ ਚੁੱਕਿਆ ਇੱਕ ਬਿਆਨ ਦਿੱਤਾ ਹੈ ਸਾਨੂੰ ਵੀ ਜਾਅਲੀ ਲਾਇਸੈਂਸ ਜਿਹੜੇ ਉਹ ਰਫਲਾਂ ਦੇ ਬਣਾ ਕੇ ਅਤੇ ਇੰਨਾ ਹੀ ਬਣਵਾ ਕੇ ਦਿੱਤੇ ਮੈਨੂੰ ਜਾਅਲੀ ਲਾਇਸੈਂਸ ਅਤੇ ਇੰਨਾ ਹੀ ਮੇਰੇ 'ਤੇ ਪਰਚਾ ਕਰਿਆ ਉਹ ਕੀ ਵਿਵਾਦ ਹੈ ਨਹੀਂ ਨਹੀਂ ਸਰ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਇਸ ਬੰਦੇ ਨੇ ਉੱਥੇ ਇੱਕ ਹੈਗੇ ਨੇ DSP SSP DE ਹੈਗੇ ਨੇ ਤਰਨ ਤਾਰਨ ਵਾਲੀਆ ਸਾਹਿਬ ਉਹਨਾਂ ਦੇ ਦੇਖ ਰੇਖ ਵਿੱਚ ਸਾਰਾ ਕੁਝ ਹੋਇਆ ਜੀ ਉਹਨਾਂ ਨੇ ਉਹਨਾਂ ਦੀ ਦੇਖ ਰੇਖ ਵਿੱਚ ਹੀ ਇਹਦੇ ਘਰ ਰੇਡ ਕੀਤੀ ਗਈ ਇਹਦੇ ਤੋਂ 12 ਬੋਰ ਰਾਈਫਲ ਬਰਾਮਦ ਕੀਤੀ ਗਈ ਜਾਅਲੀ ਲਾਇਸੈਂਸ ਬਰਾਮਦ ਕੀਤੇ ਗਏ ਅਤੇ ਨਿਸ਼ਾਨਦੇਹੀ ਦੇ ਉੱਤੇ ਇਹਨੇ ਬੰਦੇ ਮੰਮਣਕਿਆਂ ਦੇ ਬੰਦੇ ਫੜਾਏ ਜਿਹੜੇ ਗਾਂ DC ਦਫ਼ਤਰੋਂ ਜਾਅਲੀ ਲਾਇਸੈਂਸ ਬਣਾ ਕੇ ਦਿੰਦੇ ਸੀਗੇ
ਬਕਾਇਦਾ ਅਸੀਂ ਬਿਆਨ ਵੀ ਜਾ ਕੇ ਵਾਲੀਆ ਸਾਹਿਬ ਨੂੰ ਦਿੱਤੇ ਜੀ ਇਸ ਸੰਬੰਧ ਦੇ ਵਿੱਚ ਕਿ ਇਹ ਬੰਦਾ ਜਾਲੀ ਲਾਇਸੈਂਸ ਬਣਾ ਕੇ ਦਿੰਦਾ, ਜਾਲੀ ਅਸਲਾ ਲਾਇਸੈਂਸ ਦਾ ਕੰਮ ਕਰਦਾ ਜੀ। ਤੁਹਾਡਾ ਇਹਦੇ ਨਾਲ ਪੈਸਿਆਂ ਦਾ ਲੈਣ ਦੇਣ? ਸਾਡਾ ਪੈਸਿਆਂ ਦਾ ਲੈਣ ਦੇਣ ਜੀ, ਅਸੀਂ ਚੈੱਕ ਇਹਦਾ ਕੋਰਟ 'ਚ ਲਾਇਆ ਜੀ। ਠੀਕ ਹੈ ਸਰ। ਉਹਦੇ ਤੋਂ ਸਾਡੇ ਕੋਲ ਨਾ ਕੱਲ੍ਹ ਇਹਨਾਂ ਦੀ ਅਮਲ ਆਈ ਹੈ ਜੀ, ਅਤੇ ਅਗਲੀ ਜਿਹੜੀ ਕਾਰਵਾਈ ਅਸੀਂ ਤਫਤੀਸ਼ ਕਰਕੇ ਜਿਹੜੀ ਕਾਰਵਾਈ ਅਮਲ ਵਿੱਚ ਲੈ ਲਈ ਜਾਏਗੀ ਜੀ। ਐੱਮ ਆਰ ਦੇ ਵਿੱਚ ਸਰ ਕੀ ਰਿਜ਼ਲਟ ਮਿਲਿਆ ਉਹਨਾਂ ਨੂੰ? ਉਹਨਾਂ ਦਾ ਆਇਆ ਜੀ 23-24 ਦਾ ਰਿਜ਼ਲਟ ਆਇਆ ਜੀ ਪਹਿਲਾਂ। ਨਹੀਂ ਸਰ, ਡਾਕਟਰਾਂ ਮੁਤਾਬਕ ਜਿਹੜਾ ਉਹ ਇੱਕ ਉਹਨਾਂ ਦੇ ਗਿੱਟੇ 'ਤੇ ਸੱਟਿਆ ਅਤੇ ਇੱਕ ਸੱਜੀ ਬਾਂਹ 'ਤੇ ਸੱਟਿਆ, ਅਤੇ ਉਹਨਾਂ ਦਾ ਵੀ ਕਹਿਣਾ ਜਿਹੜਾ ਸਾਨੂੰ 25-25 ਅਤੇ 26 ਦਾ ਰਿਜ਼ਲਟ ਮਿਲਿਆ। ਹਾਂਜੀ ਹਾਂਜੀ, ਉਹ ਕੱਲ੍ਹ ਉਹਨਾਂ ਦੀ ਐੱਮ ਐੱਲ ਆਰ ਜਿਹੜੀ ਹੈ ਜੀ ਇੱਕ ਕੱਲ੍ਹ ਆਈ, ਇੱਕ ਪਹਿਲਾਂ ਆਈ ਸੀ ਜੀ। ਠੀਕ ਹੈ ਜੀ, ਅਤੇ ਜੋ ਵੀ ਕਾਰਵਾਈ ਕਰਕੇ ਤਫਤੀਸ਼ ਕਰਕੇ ਜੋ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਠੀਕ ਸਰ। ਸਰ ਕਹਿ ਰਹੇ ਆ ਵੀ 8 ਦਿਨ ਹੋ ਗਏ ਸਾਨੂੰ ਇੱਥੇ ਦਾਖਲਿਆਂ ਨੂੰ, ਅਤੇ ASI ਸਾਹਿਬ ਆਏ ਨਹੀਂ ਇੱਕ ਵਾਰ? ਨਹੀਂ ਜੀ, 2 ਵਾਰੀ ਹੋ ਕੇ ਆਏ ਹਾਂ ਜੀ ਉਹਨਾਂ ਕੋਲ। ਕੁਲਦੀਪ ਸਿੰਘ ਨੂੰ ਪੁੱਛੋ ਜੀ, 2 ਵਾਰੀ ਮੈਂ ਆਪ ਹੋ ਕੇ ਆਇਆ ਜੀ, ਖੁਦ ਮੈਂ ਆਪ ਗਿਆ ਜੀ। ਠੀਕ ਸਰ। ਹਾਂਜੀ।